हेलो स्टूडेंट्स टूडेज टॉपिक इज रूल्स एप्लीकेबल इन द एब्सेंस ऑफ पार्टनरशिप डीड अगर पार्टनरशिप डीड नहीं है मींस पार्टनर विच रिटर्न और ओरल कोई एग्रीमेंट नहीं हुआ या फिर पार्टनरशिप डीड तो है बट कुछ मैटर्स मैटर लेके साइलेंट है दैन द रेलिवेंट प्रोविजंस ऑफ द इंडियन पार्टनरशिप एक्ट 1932 वुड बी एप्लीकेबल ਫਰਸਟ ਪੁਆਇੰਟ ਇਜ਼ ਸ਼ੇਅਰ ਆਫ ਪ੍ਰੋਫਿਟਸ ਐਂਡ ਲਾਸਸਿਸ ਮੀਨਸ ਜਦੋਂ ਪਾਰਟਨਰਸ਼ਿਪ ਡੀਡ ਸਾਇਲੈਂਟ ਹੈ ਰਿਗਾਰਡਿੰਗ ਪ੍ਰੋਫਿਟ ਸ਼ੇਅਰਿੰਗ ਰੇਸ਼ਿਓ ਉਸ ਟਾਈਮ ਪ੍ਰੋਫਿਟ ਤੇ ਲਾਸਸਿਸ ਦੀ ਪਾਰਟਨਰਸ ਦੇ ਵਿੱਚ ਇਕੁਅਲ ਡਿਵੀਜ਼ਨ ਹੋਏਗੀ ਸਪੋਜ਼ ਮਿਸਟਰ A ਤੇ ਮਿਸਟਰ B ਦੋ ਪਾਰਟਨਰਸ ਨੇ ਉਹਨਾਂ ਦੇ ਵਿੱਚ ਰਿਟਨ ਯਾ ਔਰਲ ਕੋਈ ਐਗਰੀਮੈਂਟ ਨਹੀਂ ਹੋਇਆ ਐਟ ਦਾ ਐਂਡ ਆਫ ਦਾ ਈਅਰ ਫਾਰਮ ਨੂੰ ਰੁਪੀਏ 5000 ਪ੍ਰੋਫਿਟਸ ਹੋਏ ਉਸ ਟਾਈਮ ਪ੍ਰੋਫਿਟਸ ਦੀ ਇਕੁਅਲ ਡਿਵੀਜ਼ਨ ਹੋਏਗੀ ਰੁਪੀਏ 2500 A ਨੂੰ ਮਿਲਣਗੇ ਐਂਡ ਰੁਪੀਏ 2500 B ਨੂੰ ਮਿਲਣਗੇ ਸੈਕੰਡ ਪੁਆਇੰਟ ਇਜ਼ ਇੰਟਰਸਟ ਔਨ ਕੈਪੀਟਲ ਕੈਪੀਟਲ ਮੀਨਸ ਜੋ ਪਾਰਟਨਰਸ ਦੇ ਦੁਆਰਾ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਕੀਤੀ ਜਾਂਦੀ ਹੈ ਇਸ ਦੇ ਬਦਲੇ ਦੇ ਵਿੱਚ 파ਟਨਰਸ ਨੂੰ ਇੰਟਰਸਟ ਮਿਲਦਾ ਹੈ ਬਟ ਅਗਰ ਇਸ ਪੁਆਇੰਟ ਦੇ ਲਈ ਡੀਡ ਸਾਇਲੈਂਟ ਹੈ ਦੈਨ ਨੋ ਇੰਟਰਸਟ ਇਸ ਟੂ ਬੀ ਅਲਾਉਡ ਔਨ ਕੈਪੀਟਲ ਬੀਟਵੀਨ 파ਟਨਰਸ ਥਰਡ ਪੁਆਇੰਟ ਇਜ਼ ਇੰਟਰਸਟ ਔਨ ਡਰਾਇੰਗਸ ਵੈਨ ਅ 파ਟਨਰ ਵਿਡਡਰਾਅਸ ਮਨੀ ਔਰ ਗੁੱਡਸ ਫ੍ਰੋਮ ਬਿਜ਼ਨਸ ਫਾਰ ਹਿਸ ਪਰਸਨਲ ਯੂਜ਼ इज कॉल्ड ड्रॉइंग्स ड्रॉइंगस पार्टनर द्वारा एग्री रेट नाल इंटरेस्ट पे किया जाता है बट अगर पार्टनरशिप डीड नहीं है या इस पॉइंट दे रिगार्डिंग डीड साइलेंट है दैन नो इंटरेस्ट इज टू बी चार्ज ऑन ड्रॉइंग्स नैक्सट पॉइंट इज इंटरेस्ट ऑन लोन और एडवांसेस キャピタル ਤੋਂ ਇਲਾਵਾ ਅਗਰ ਕੋਈ 파ਟਨਰ ਫਾਰਮ ਨੂੰ ਕੋਈ ਐਡਵਾਂਸ ਪ੍ਰੋਵਾਈਡ ਕਰਦਾ ਹੈ ਦੈਨ ਅਮਾਉਂਟ ਸ਼ੁੱਡ ਬੀ ਟ੍ਰੀਟਡ ਐਜ਼ ਅ ਲੋਨ ਐਂਡ ਫਾਰਮ 파ਟਨਰ ਨੂੰ ਲੋਨ ਦੀ ਅਮਾਉਂਟ ਤੇ ਐਗਰੀਡ ਰੇਟ ਨਾਲ ਇੰਟਰਸਟ ਪੇ ਕਰਦੀ ਹੈ ਅਗਰ 파ਟਨਰਸ਼ਿਪ ਡੀਡ ਨਹੀਂ ਹੈ ਤਾਂ ਫਾਰਮ ਦੁਆਰਾ ਇੰਟਰਸਟ ਔਨ ਲੋਨ 6% ਪਰ ਐਨਮ ਦੇ ਹਿਸਾਬ ਨਾਲ ਪੇ ਕੀਤਾ ਜਾਏਗਾ ਸਪੋਜ਼ ਮਿਸਟਰ A ਨੇ ਫਰਮ ਨੂੰ 10000 ਰੁਪੀਜ਼ ਐਜ਼ ਅ ਲੋਨ ਪ੍ਰੋਵਾਈਡ ਕੀਤੇ 파ਟਨਰਸ਼ਿਪ ਡੀਡ ਨਹੀਂ ਹੈ ਉਸ ਟਾਈਮ ਮਿਸਟਰ A ਨੂੰ 10000 ਦੇ ਫਰਮ 6% ਪਰ ਐਨਮ ਦੇ ਹਿਸਾਬ ਨਾਲ ਰੁਪੀਜ਼ 600 ਪੇ ਕਰੇਗੀ ਨੈਕਸਟ ਪੁਆਇੰਟ ਇਜ਼ ਸੈਲਰੀ ਟੂ ਅ ਪਾਰਟਨਰ अगर पार्टनरशिप डीड नहीं है उस टाइम पार्टनर्स ਨੂੰ ਸੈਲਰੀ ਨਹੀਂ ਦਿੱਤੀ ਜਾਏਗੀ ਨੈਕਸਟ ਪੁਆਇੰਟ ਇਜ਼ ਕਮਿਸ਼ਨ ਟੂ ਅ 파ਟਨਰ ਐਪ੍ਰੋਪ੍ਰੀਏਸ਼ਨ ਤੋਂ ਬਾਅਦ ਜੋ ਪ੍ਰੋਫਿਟ ਬਚ ਜਾਂਦੇ ਹਨ ਫਾਰਮ ਪਾਰਟਨਰਸ ਨੂੰ ਉਹਨਾਂ ਪ੍ਰੋਫਿਟਸ 'ਤੇ ਕਮਿਸ਼ਨ ਪ੍ਰੋਵਾਈਡ ਕਰਦੀ ਹੈ ਬਟ ਇਫ देयर इज नो पार्टनरशिप डीड देन नो ਕਮਿਸ਼ਨ is allowed to any partner.